ਸਾਰੇ ਅਧਿਆਪਕਾਂ ਸਾਹਿਬਾਨ ਨੂੰ ਸਤਿ ਸ਼੍ਰੀ ਅਕਾਲ। ਇਸ ਸਮੇਂ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਕੋਰੋਨਾ ਵਾਇਰਸ ਇੱਕ ਬਹੁਤ ਵੱਡੀ ਸਮੱਸਿਆ ਲੈ ਕੇ ਆਪਣੇ ਸਾਹਮਣੇ ਖੜਿਆ ਹੈ, ਔਰ ਇਹ ਸਿਰਫ ਆਪਣੀ ਸਟੇਟ ਦੇ ਵਿੱਚ ਹੀ ਨਹੀਂ, ਪੂਰੇ ਮੁਲਕ ਦੇ ਵਿੱਚ, ਪੂਰੀ ਦੁਨੀਆਂ ਦੇ ਵਿੱਚ ਇਸ ਸਮੇਂ ਇਹਨੇ ਕਹਿਰ ਮਚਾਇਆ ਹੋਇਆ। ਇਸ ਹਾਲਾਤ ਦੇ ਵਿੱਚ ਸਿਰਫ ਇਹਦਾ ਇੱਕੋ ਇਲਾਜ, ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਪ੍ਰੀਵੈਂਸ਼ਨ ਹੈ, ਸਿਰਫ ਆਪਣਾ ਸਾਂਭ ਸੰਭਾਲ ਕਰਕੇ ਰੱਖਣੀ, ਆਪਣੀ, ਆਪਣੇ ਪਰਿਵਾਰ ਦੀ, ਬੱਚਿਆਂ ਦੀ, ਅਤੇ ਆਪਣੇ ਜੋ ਸਟੂਡੈਂਟਸ ਹਨ ਔਰ ਉਹਨਾਂ ਦੇ ਪੇਰੈਂਟਸ। ਇੱਕ ਬਹੁਤ ਵੱਡਾ ਕੰਟਰੀਬਿਊਸ਼ਨ ਹੋਊਗਾ ਆਪਣੇ ਸਾਰਿਆਂ ਦੇ ਲਈ ਕਿ ਜੇ ਆਪਾਂ ਸਿੱਖਿਆ ਵਿਭਾਗ ਵੱਲੋਂ ਇਹ ਇਨਸ਼ੋਰ ਕਰ ਲਈਏ ਕਿ ਸਾਡੇ ਵਿੱਚੋਂ ਕੋਈ ਵੀ ਕਿਸੇ ਵੀ ਇੰਪਲੋਈ ਨੂੰ, ਸਾਡੇ ਕਿਸੇ ਟੀਚਰ ਨੂੰ ਜਾਂ ਕਿਸੇ ਨੂੰ ਵੀ ਜੋ ਸਿੱਖਿਆ ਵਿਭਾਗ ਦੇ ਵਿੱਚ ਕੰਮ ਕਰਦਾ ਹੈ, ਉਹਨੂੰ ਕੋਰੋਨਾ ਵਾਇਰਸ ਨਹੀਂ ਹੋਊਗਾ, ਔਰ ਉਹ ਬਿਲਕੁਲ ਸਾਰੇ ਅਹਤਿਆਤ ਵਰਤ ਕੇ ਆਪਣੇ ਆਪ ਨੂੰ ਸੁਰੱਖਿਅਤ ਰੱਖੇ। ਦੂਜੀ ਗੱਲ ਇਸ ਤੋਂ ਬਾਅਦ ਇਹ ਹੈ ਕਿ ਜੋ ਵੀ ਆਪਣੇ ਨੀਅਰ ਡੀਅਰ ਰਿਲੇਟਿਵ ਫੈਮਿਲੀ ਮੈਂਬਰਸ ਜਿੰਨੇ ਵੀ ਹੈ, ਉਹ ਇਸ ਦੇ ਨਾਲ ਬਚੇ ਰਹਿਣ, ਇਹ ਸਾਡੀ ਦੂਜੀ ਡਿਊਟੀ ਹੈ। ਇਸ ਦੇ ਨਾਲ ਹੀ ਸਾਡੀ ਅਗਲੀ ਡਿਊਟੀ, ਸਾਡੇ ਆਪਣੇ ਬੱਚੇ ਜਿਹੜੇ ਆਪਣੇ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚੇ ਪੜ੍ਹਦੇ ਹੈ, ਉਹ ਬੱਚੇ ਅਤੇ ਉਹਨਾਂ ਦੇ ਮਾਂ ਬਾਪ ਜੋ ਵੀ ਹੈ, ਉਹ ਵੀ ਇਸ ਬਿਮਾਰੀ ਤੋਂ ਬਚੇ ਰਹਿਣ। ਇਹ ਇੱਕ ਸਾਡਾ ਬਹੁਤ ਵੱਡਾ ਕੰਟਰੀਬਿਊਸ਼ਨ ਹੋਊਗਾ, ਜਿਵੇਂ ਕਿ ਅਧਿਆਪਕਾਂ ਨੇ ਪਹਿਲਾਂ ਵੀ ਬਹੁਤ ਵੱਡੇ ਵੱਡੇ ਚੈਲੇਂਜ ਉਹ ਐਕਸੈਪਟ ਕਰਦੇ ਰਹੇ ਸਾਡੇ ਆਪਣੇ ਅਧਿਆਪਕ। ਵੀ ਆਰ ਆਲ ਪ੍ਰਾਊਡ ਆਫ ਦੈਮ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਚੀਜ਼ ਨੂੰ ਵੀ ਉਹ ਆਪਣੇ ਪ੍ਰਚਾਰ ਦੇ ਨਾਲ ਜਾਂ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਸਕੂਲ ਬੱਚਿਆਂ ਦੇ ਨਾਲ, ਸਟੂਡੈਂਟਸ ਦੇ ਨਾਲ ਟੈਲੀਫੋਨ 'ਤੇ ਗੱਲ ਕਰਕੇ, ਉਹਨਾਂ ਨੂੰ ਹਰ ਥੋੜ੍ਹੀ ਥੋੜ੍ਹੀ ਦੇਰ ਬਾਅਦ ਜਾਣੂ ਕਰਵਾ ਕੇ ਇਸ ਬਿਮਾਰੀ ਤੋਂ ਆਪਾਂ ਬਚਾ ਕੇ ਰੱਖ ਸਕਦੇ ਹਾਂ। ਮੇਰੇ ਤੋਂ ਸਾਰਿਆਂ ਨੂੰ ਇੱਕ ਵਾਰੀ ਫਿਰ ਰਿਕੁਐਸਟ ਹੈ ਕਿ ਜਿਵੇਂ ਤੁਸੀਂ ਪਹਿਲਾਂ ਵੀ ਇਸ ਤਰ੍ਹਾਂ ਦੇ ਵੱਡੇ ਵੱਡੇ ਚੈਲੇਂਜ ਐਕਸੈਪਟ ਕਰਦੇ ਰਹੇ ਹੋ ਔਰ ਆਪਾਂ ਉਹਨਾਂ ਨੂੰ ਅਚੀਵ ਵੀ ਕਰਦੇ ਰਹੇ ਹਾਂ, ਅਤੇ ਇਸ ਵਾਰ ਵੀ ਇਸ 'ਤੇ ਵੀ ਆਪਾਂ ਹਮਲਾ ਮਾਰੀਏ, ਅਤੇ ਮੈਨੂੰ ਪੂਰਾ ਵਿਸ਼ਵਾਸ ਹੈ, ਪੂਰਾ ਯਕੀਨ ਹੈ ਕਿ ਵਿਲ ਬੀ ਏਬਲ ਟੂ ਡੂ ਇਟ। ਸੋ ਲੈਟਸ ਇਨਸ਼ੋਰ ਇਟ। ਸਾਨੂੰ ਕੋਈ ਇਹ ਨਾ ਕਹਿ ਸਕੇ ਕਿ ਸਿੱਖਿਆ ਵਿਭਾਗ ਦਾ ਕੋਈ ਵੀ ਟੀਚਰ ਸਾਡਾ ਜਾਂ ਹੋਰ ਕੋਈ ਮੁਲਾਜ਼ਮ, ਕੋਈ ਵੀ ਹੋਏ, ਉਹ ਚਾਹੇ ਭਾਵੇਂ ਕਿਸੇ ਵੀ ਲੈਵਲ ਦੇ ਹੋਏ, ਚਾਹੇ ਭਾਵੇਂ ਕੋਈ ਨੋਨ ਟੀਚਿੰਗ ਸਟਾਫ ਹੋਏ, ਚਾਹੇ ਕੋਈ ਪੀਐਨ ਹੋਏ, SLA ਹੋਏ, ਕਿ ਕਿਸੇ ਵੀ ਰੈਂਕ ਦੇ ਵਿੱਚ ਹੋਏ, ਕਿਸੇ ਵੀ ਮੁਲਾਜ਼ਮ ਨੂੰ, ਸਾਡੇ ਨੂੰ ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਕੋਰੋਨਾ ਜਾਂ ਉਹਨਾਂ ਦੇ ਫੈਮਿਲੀ ਮੈਂਬਰ, ਸਾਡੇ ਸਕੂਲ ਦੇ ਬੱਚੇ, ਉਹਨਾਂ ਦੇ ਮਾਂ ਬਾਪ ਨੂੰ ਨਾ ਹੋਏ। ਅਤੇ ਜੇ ਆਪਾਂ ਇਹ ਇਨਸ਼ੋਰ ਕਰ ਲਾਂਗੇ ਤਾਂ ਸਾਡਾ ਇਹ ਬਹੁਤ ਵੱਡਾ ਕੰਟਰੀਬਿਊਸ਼ਨ ਸਾਡੀ ਆਪਣੀ ਸਟੇਟ ਨੂੰ, ਸਾਡੇ ਆਪਣੇ ਮੁਲਕ ਨੂੰ ਹੋਊਗਾ ਸਾਡੇ ਵੱਲੋਂ।